Lovey, party is begin. हर रोज सवेरे उठते हैं, सब तो पहला ये टेंशन होती है कि आज व्लॉग किमें शुरू करिए, जैसे कि अभी किमें करिए नाच कर। आपका वॉश क्या करना था? आपका देते हैं वॉश करनी है हमारी जीन। ब्रेकफास्ट में यहाँ पे रख दिया सकता। कहाँ पे? शोरूम में रख दिया। अपने जड़े कल कपड़े गंदे हुए सी वो धोने तो देते। नाउ टाइम टू ईट परांठास एट अ वेरी लवली प्लेस। लो भी अपना खाना पीना हो गया। हुण अपने इत्थे जिथे आपां रह रहे हैं ना, इन्हां दी कोई गड्डी स्टक हुई आ। वो कहिंदे थोड़ी गड्डी ना कढ़नी आ, कढ़ के देखदे आ। उपर गड्डी दी चाबी चक के लिआउणा। पिंदर रहन दो, मैं पंगा लैन नू अभी देखते हैं क्या बनेगा। मगर बिच बहना पैना, टायर ऊपर थोड़ा इधर को कर लो, थोड़ा इधर को। आप ट्राई करके आओ पीछे। वाहिगुरु 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 बहुत जोर लगा तुम। गड्डी चक हो रही है। चक्की गई, चक्की गई, चक्की गई। मेनू ए नहीं समझ आया इत्थे गाहां नूं कित्थे नूं जाणा सी हाले। ते बाकी आपां इस तों बाद गड्डी फोर बाय फोर लै लेनी है यार, अपनी कामयाब नहीं हैगी। और चलो वैसे फन सीगा। गड्डी कटदे कटदे पसीनो पसीनी हो गए, हुण थोड़ा टाइम मिला तां होर आराम करदे आं। क्यों? सही बात है, सही बात है। ते बाकी धन कौर जी तुसीं टेंशन नहीं लैणी, आपां तुहाडा घरे चेकअप करावांगे जो प्रॉब्लम होई। ते बाकी मिला शायद चढ़ाई वध होवे, बाकी शायद ड्राइवर भी माड़ा हो सकदा। चलो हुण आराम करते हैं, उसके बाद देखते हैं। बहुत गर्मी सी बार यार, कहंदे वी गुलमर्ग च ठंड बहुत आ, इतना पसीनो पसीनी हो गए, धुप तिखी वाली आ। लो जी आप आराम कर लिया, नाले हुण एनर्जी आई है। आ देख लो एनर्जी मुंडे दी, एडा कैमरा चक के नहा के कहंदे जी बहुत एनर्जी आ गई। आ एनर्जी आई है,
ਘਰਾੜੇ ਕੱਟ ਮਾਰੋ ਓ ਯਾਰ ਪਤਾ ਕੀ ਆ ਪਰਮਵੀਰ ਦੀ ਐਡੀਟਿੰਗ ਫੇਰ ਫਸਦੀ ਅੱਜ ਕਿਵੇਂ ਜਿਹੜੀ એનર્ਜੀ ਆਈ ਸੀ ਮੈਂ ਦੋ ਘੰਟੇ ਹੋਰ ਸੋ ਲਵਾਂ ਮਾੜਾ ਜਿਹਾ ਹੈ ਯਾਰ अज मेरे दिमाग च एक प्लैन आया कि असी एट ए टाइम कश्मीर चा एक ना ट्रिप बहुत मशहूर अपने कि कश्मीर तो लैके कन्याकुमारी तक करना चाहिए वा कि आप जो अपना आ ट्रिप खत्म होगा वैसे तो हले ट्रिप लंबा वा हले तो असी कल एक थोड़े लिए होर सरप्राइज़ आ वो करना वा तुम कमेंट करके दस दौ भी आप कश्मीर टू लैके कन्याकुमारी वाला ट्रिप भी शुरू कर लीए मतलब ये नहीं होगा कि आप लगातार ट्रैवल करी जावे मतलब कश्मीर तो ਤੁਸੀਂ ਦੱਸ ਦਿਓ ਕਿੱਧਰ ਕਿੱਧਰ ਦੀ ਕਿਵੇਂ ਕਿਵੇਂ ਜਾਈ ਤੁਸੀਂ ਉਹ ਵੀ ਆਪਾਂ ਨੂੰ ਹਿੰਟ ਦੇ ਦਿਓ ਪਰ ਇੱਕ ਵਾਰੀ ਆਪਾਂ ਘਰੇ ਜ਼ਰੂਰ ਜਾਵਾਂਗੇ ਪਹਿਲਾਂ ਆਦ ਨਹੀਂ ਇਸ ਵਾਰੀ ਨਾ ਅਸੀਂ ਕੱਪੜੇ ਬਹੁਤ ਘੱਟ ਲੈ ਕੇ ਆਏ ਹਾਂ ਕਿਉਂਕਿ ਤਾਂ ਸਾਡਾ ਪਹਿਲਾ ਪਲਾਨ ਸੀਗਾ ਉਹ ਤਾਂ ਸੀਗਾ ਡਲਹੌਜੀ ਮਸੂਰੀ ਮਸੂਰੀ ਕਹੇ ਨਾ ਡਲਹੌਜੀ ਕਲੌੜਗੰਜ ਦਾ ਫਿਰ ਉਹਦਾ ਹੀ ਛੇਤੀ ਮੋੜਨਾ ਸੀਗਾ ਤਾਂ ਸਡਨਲੀ ਫਿਰ ਉੱਧਰ ਬੱਦਲ ਫਟਣ ਕਰਕੇ ਅਸੀਂ ਇੱਧਰਲਾ ਪਲਾਨ ਕਰ ਲਿਆ ਸਾਰਾ ਪਲਾਨ ਅਨਪਲੈਨਡ ਸੀਗਾ ਵੈਸੇ ਤਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਆ ਕਿ ਕੰਨਿਆਕੁਮਾਰੀ ਕਿੱਥੇ ਆ ਜਿਹਨਾਂ ਨੂੰ ਨਹੀਂ ਪਤਾ ਮੈਂ ਦੱਸਦਾ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦਾ ਡਿਸਟੈਂਸ ਹੋਊਗਾ 3500 ਤੋਂ 4000 ਕਿਲੋਮੀਟਰ ਦੇ ਵਿੱਚ ਵਿੱਚ ਸੋ ਉਹ ਕਵਰ ਕਰ ਲਈ ਮੈਨੂੰ ਲੱਗਦਾ ਘੱਟੋ ਘੱਟ ਸਾਨੂੰ ਮਹੀਨਾ ਡੇਢ ਮਹੀਨਾ ਲੱਗ ਜੂ ਜੇ ਆਪਾਂ ਕੰਟੀਨਿਊ ਜਾਈਏ ਬਿਨਾਂ ਰੁਕੇ ਤਾਂ 2 ਦਿਨ ਪਤਾ ਨਹੀਂ ਕਿੰਨੇ ਘੰਟੇ ਪਰ ਉਹਨਾਂ ਦਾ ਆਪਾਂ ਕਰ ਨਹੀਂ ਸਕਦੇ ਆਪਾਂ ਸਾਰੀਆਂ ਚੀਜ਼ਾਂ ਐਕਸਪਲੋਰ ਕਰਦੇ ਨੇ ਜਾਣਾ ਨਾ ਜਿੰਨਾ ਰਾਹ ਚ ਆਊਗਾ ਆਪਾਂ ਸਾਰੀਆਂ ਚੀਜ਼ਾਂ ਐਕਸਪਲੋਰ ਕਰਾਂਗੇ ਤੇ ਆਪਦਾ ਠਹਿਰਾਓ ਨਾਲ ਜਾਏਂਗੇ ਯੈਸ ਜਿਹੜਾ ਕਸ਼ਮੀਰ ਆ ਉਹ ਆਪਣੇ ਇੰਡੀਆ ਦੇ ਮੈਪ 'ਚ ਸਭ ਤੋਂ ਉੱਪਰ ਆ ਤੇ ਜਿਹੜਾ ਕੰਨਿਆਕੁਮਾਰੀ ਆ ਉਹ ਆਪਣੇ ਇੰਡੀਆ ਦੇ ਮੈਪ 'ਚ ਸਭ ਤੋਂ ਥੱਲੇ ਆ ਸੋ ਇਹ ਅਸੀਂ ਟੌਪ ਤੋਂ ਬਾਟਮ ਤੇ ਜਾਣਾ ਵਾ ਤੇ ਇਹ ਟਰੈਵਲ 'ਚ ਇਹ ਹੋਊਗਾ ਕਿ ਆਪਾਂ ਨੂੰ ਹਰ ਤਰ੍ਹਾਂ ਦੀ ਲੈਂਗੁਏਜ ਹਰ ਤਰ੍ਹਾਂ ਦਾ ਕਲਚਰ ਦੇਖਣ ਨੂੰ ਮਿਲੂਗਾ ਪਰ ਉਦੋਂ ਪਹਿਲਾਂ ਨਾ ਆਪਾਂ ਅੱਜ ਆਪਣੀ ਰਾਮ ਪਿਆਰੀ ਨੇ ਨਾ ਆਪਾਂ ਨੂੰ ਧੋਖਾ ਦਿੱਤਾ ਇਹ ਹੁਣ ਮੈਨੂੰ ਸਮਝ ਨਹੀਂ ਆਈ ਇਹਨੇ ਕਿਉਂ ਦਿੱਤਾ ਕਿਉਂਕਿ ਸਪੀਤੀ 'ਚ ਇਹਨੇ ਰਾਮ ਦੇ ਨਾਲ ਸਾਰਾ ਕੁਛ ਸਮੂਦਲੀ ਕੰਮ ਕੀਤਾ ਜਾਂ ਤਾਂ ਉੱਥੇ ਘਾਹ ਸੀਗਾ ਜਾਂ ਜਿਹੜਾ ਤੁਹਾਨੂੰ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ ਨਾ ਇਹਦੇ ਆਪਣੇ ਡੀਜ਼ਲ ਫਿਲਟਰ ਦੇ ਵਿੱਚ ਪਾਣੀ ਆਇਆ ਹੋਇਆ ਜਾਂ ਉਹ ਚੱਕਰ ਆ ਮੇਰੇ ਹਿਸਾਬ ਨਾਲ ਇਹੀ ਦੋ ਰੀਜ਼ਨ ਨੇ ਹਾਂ ਕਿਉਂਕਿ ਘਾਹ ਜਦੋਂ ਪੁੱਤ ਲੈ ਕੇ ਸੀ ਥੋੜਾ ਥੋੜਾ ਰਾਤ ਦੀ ਤਰੇਲ ਪਈ ਕਰਕੇ ਗਿੱਲਾ ਸੀਗਾ ਤੇ ਬਾਕੀ ਇੱਕ ਗਲਤੀ ਸਾਤੋਂ ਹੋਰ ਹੋ ਗਈ ਅਸੀਂ ਉਹਨੂੰ ਸਿੱਧੇ ਲੋਟੀ ਚਾੜਨਾ ਸੀ ਹਾਂ ਬੈਕ ਨਹੀਂ ਉਦੋਂ ਅੱਧੀ ਨੀਂਦ ਚ ਸੀਗੇ ਇੱਕ ਅੱਧੀ ਨੀਂਦ ਸੀ ਉੱਤੋਂ ਦੀ ਪਰੌਠੇ ਖਾ ਲਏ ਉਹਨੇ ਹੋਰ ਸੋਸਤੀ ਪਈ ਹੋਈ ਸੀ ਡੈਡੀ ਦੇ ਕਹਿਣ ਵਾਂਗੂ ਨਾ ਜਿੰਨੇ ਮੂੰਹ ਹੁੰਦੇ ਆ ਨਾ ਉਨੀਆਂ ਗੱਲਾਂ ਹੋ ਜਾਂਦੀਆਂ ਫਿਰ ਕੰਮ ਨਹੀਂ ਹੁੰਦਾ ਹੁੰਦਾ ਵੈਸੇ ਪਰ ਮੈਂ ਪਹਿਲੇ ਉਹਨਾਂ ਨੂੰ ਕਿਹਾ ਸੀ ਆਪਾਂ ਹੱਥ ਨਾਲ ਹੀ ਕੱਢ ਦੇਣੇ ਪਰ ਉਹਦੀ ਹੱਥ ਨਾਲ ਹੀ ਕੱਢ ਲਈ ਸੀ ਹੁਣ ਆਪਣਾ ਪਹਿਲਾ ਪਲਾਨ ਆ ਕਿ ਆਪਾਂ ਮਾਰਕੀਟ ਜਾਣਾ ਇੱਕ ਦੋ ਚੀਜ਼ਾਂ ਲੈਣੀਆਂ ਨੇ ਤੇ ਉਦੋਂ ਬਾਅਦ ਚ ਇੱਕ ਉਰੇ ਲੇਕ ਆ ਇੱਕ ਉੱਥੇ ਮੰਦਿਰ ਆ ਤੇ ਇੱਕ ਦੋ ਚੀਜ਼ਾਂ ਹੋਰ ਨੇ ਦੇਖਦੇ ਆ ਕੀ ਕੀ ਐਕਸਪਲੋਰ ਕਰ ਪਾਉਨੇ ਆ ਕੀ ਕੀ ਨਹੀਂ ਆਇਓ ਸਰ ਉਧਰ ਸਿਰ ਪੰਨੇ ਗਏ ਸਿਰ ਪੰਨੇ ਗਏ ਗੱਡੀ ਚ ਚੜ ਲੱਗੀ ਓਹੋ ਗੱਡੀ ਇਧਰੋਂ ਨੀਵੀਂ ਖੜੀ ਆ ਤਾਂ ਹੋ ਗਿਆ ਆਪਕੀ ਐਡੀਟਿੰਗ ਫਿਨਿਸ਼ ਆਜ ਬਾਈ ਸਾਹਿਬ ਨੇ ਬਹੁਤ ਬੜੀ ਐਡੀਟਿੰਗ ਕੀ ਹੈ ਜਿਹਨੇ ਵੀਡੀਓ ਨਹੀਂ ਦੇਖੀ ਹੋਗੀ ਪਲੀਜ਼ ਦੇਖ ਲੈਣਾ ਹੋਰ ਜਾ ਕਰ ਬਹੁਤ ਜ਼ੋਰ ਲੱਗ ਗਿਆ ਦੋ ਦੋ ਵਾਰ ਕਰਨੀ ਪਈ ਕਿਹੜੀ ਭਾਸ਼ਾ ਬੋਲੀ ਜਾਂਦੇ ਪਰਮ ਖੇਪੜ ਚੈਨਲ ਦਾ ਨਾਮ ਆ ਘੱਟੋ ਘੱਟ ਵੀਰਾ ਮਿਲਦਾ 3-4 ਘੰਟੇ ਇੱਕ ਵੀਡੀਓ ਲਾਉਣਾ ਆਰਾਮ ਦੇ ਨਾਲ ਵੱਧ ਲੱਗ ਜਾਂਦੇ ਲਾ ਜਾਂਦੇ ਆਰਾਮ ਦੇ ਨਾਲ ਲੱਗ ਜਾਂਦੇ ਨਾ 3-4 ਕਿੱਥੇ 7-8 ਘੰਟੇ ਲਾ ਜਾਂਦੇ ਹੁਣ ਸੋ ਪਲੀਜ਼ ਜਾ ਕੇ ਚੈਨਲ ਨੂੰ ਦੇਖਿਓ ਤੇ ਲੱਖ ਕਰਕੇ ਜਾਣਾ ਨਹੀਂ ਜਾਣਾ ਨਹੀਂ ਘਰੇ ਚਲੋ ਠੀਕ ਹੁਣ ਆਪਾਂ ਚੱਲਦੇ ਹਾਂ ਮਾਰਕੀਟ ਵੱਲ ਨੂੰ ਕਦੇ ਕਦੇ ਇਦਾਂ ਦੇ ਸ਼ਾਟ ਵੀ ਜ਼ਰੂਰੀ ਹੁੰਦੇ ਆ ਪਹਿਲੇ ਦਿਨ ਅਸੀਂ ਉਹ ਮਾਰਕੀਟ 'ਚ ਖਾਧਾ ਸੀਗਾ ਅੱਜ ਅਸੀਂ ਆਹ ਮਾਰਕੀਟ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਬਟ ਜਿਹੜੇ ਪਿੱਛੇ ਬੰਦੇ ਖੜੇ ਆ ਉਹ ਕਹਿੰਦੇ ਸਾਡੀ ਮਾਰਕੀਟ 'ਚ ਖਾਓ ਇੱਥੇ ਬੜਾ ਇਹ ਗੱਮ ਗਲਤ ਹੈ ਨਾ ਹੱਥ ਖਿੱਚਣ ਨੂੰ ਕਰਦੇ ਆ ਧੱਕੇ ਨਾਲ ਵੀ ਦੱਸ ਧੱਕੇ ਨਾਲ ਸਾਡੇ ਕੋਲ ਆਓ ਸਾਡੇ ਕੋਲ ਜਿੱਥੇ ਕਿਤੇ ਬਾਹਰ ਵੀ ਚਲੇ ਜਾਓ ਕੱਲ ਅਸੀਂ ਤੇ ਰਾਹ 'ਚ ਰੋਟੀ ਖਾਧੀ ਸੀ ਨਾ ਉੱਥੇ ਹੀ ਤੁਸੀਂ ਸਾਡੇ ਤੋਂ ਪੈਕੇਜ ਹੁਣੀ ਲੈ ਲਓ ਵੀ ਸਾਨੂੰ ਬਰਫ਼ ਤਾਂ ਦੇਖ ਲੈਣ ਦੋ ਦੇਖ ਲਓ ਕੀ ਕਿਰਾਇਆ ਕਹਿੰਦਾ ਜੀ 5000 ਤੁਸੀਂ ਸ਼ੁਕਰਾਨੇ ਦੇ ਦਿੱਤੇ ਉਹਦਾ ਅੱਗੇ ਜਾ ਕੇ ਉਹ ਜਮੇ ਹੀ ਹੋਰ ਘੱਟ ਚ ਵੀ ਜਿੰਨੇ ਚ ਮਰਜ਼ੀ ਇੱਥੇ ਆ ਕੇ ਜਿਹੜੇ ਗਾਈਡ ਨੇ ਜਾਂ ਕੋਈ ਵੀ ਚੀਜ਼ ਆ ਪੂਰੇ ਧਿਆਨ ਨਾਲ ਪੂਰਾ ਸੋਚ ਕੇ ਫੇਰ ਕਰੋ ਕਿਉਂਕਿ ਪਹਿਲੇ ਤਾਂ 100 ਰੁਪਇਆ ਕਹਿ ਦਿੰਦੇ ਨੇ ਬਾਅਦ 10000 ਬਣ ਗਿਆ ਫਿਰ ਬਖਸ਼ੀਸ਼ ਵੀ ਹੈ ਕੀ ਖਾਣਾ ਤੁਸੀਂ ਡਿਫਰੈਂਟ ਖਾਈ ਅੱਜ ਦੱਸੋ ਕੀ ਖਾਣਾ ਕੁਛ ਲੱਗ ਰਿਹਾ ਖਾਣਾ ਰੋਜ਼ ਉਹੀ ਖਾਈ ਜਾਂਦੇ ਆ ਮੰਗਾ ਲਾ ਫਿਰ ਮੁਰਗਾ
ਡਿਫਰੈਂਟ ਤਾਂ ਫਿਰ ਉਹੀ ਆ, ਵੈਜ ਤਾਂ ਰੋਜ਼ ਹੀ ਖਾਂਦੇ ਆ। ਖਾ ਲਓ, ਅੱਜ ਕੁਛ ਹੋਰ ਖਾ ਲਓ। ਨੌਨ ਵੈਜ ਖਾਤੇ ਨੇ, ਇਸ ਲਈ ਤਾਂ ਇਨਕੋ ਮਜ਼ਾਕ ਕਰ ਰਹਾ ਹੂੰ। ਵੀਰੇ ਹੁਣਾਂ ਨੇ ਪਾਓ ਭਾਜੀ ਮੰਗਾ ਲਈ, ਮੇਰੇ ਮੋਮੋਸ, ਅਤੇ ਪਵਨ ਕਹਿੰਦੇ ਮੈਂ ਕੁਛ ਨਹੀਂ ਖਾਣਾ ਅੱਜ। ਐਸਾ ਕਭੀ ਨਹੀਂ ਹੋ ਸਕਤਾ। ਲਓ ਵੀ ਆਪਣਾ ਖਾਣਾ ਪੀਣਾ ਹੋ ਗਿਆ, ਹੁਣ ਆਪਾਂ ਗੱਡੀ ਚਲਾ ਚਲਾ ਬੋਰ ਹੋ ਗਏ, ਹੁਣ ਆਪਾਂ ਗੱਡੀ ਥਾਂ 'ਤੇ ਸਾਈਕਲ 'ਤੇ ਜਾਵਾਂਗੇ। ਤੇਲ ਕੀ ਬੱਚਤ। ਹੈ ਪਹਿਲਾਂ ਸਾਈਕਲ ਰਾਈਡ ਕਰ ਲਈਏ। ਚਲੇ ਚਲੋ, ਚਲੇ ਚਲੋ। ਉਹ ਤੀਜਾ ਬੰਦਾ ਕਿੱਥੇ ਰਹਿ ਗਿਆ? ਗੇਰ ਗੁਰ ਮਤਲਬ ਇਹਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ। ਮੈਂ ਮੱਗਰ, ਪੰਮਾ ਅਤੇ ਭੋਲੀ ਅਤੇ ਪੰਮੀ ਦੇ ਨਾਲ ਜੀ ਲੈ ਕੇ ਆਇਆ ਫਿਰ ਇੱਕ ਵੀਡੀਓ ਕਮਾਲ ਜੀ। ਅੱਜ ਵਾਲੀ ਵੀਡੀਓ 'ਚ ਜਿਵੇਂ ਕੱਲ੍ਹ ਘੋੜਿਆਂ ਤੋਂ ਬੱਸ ਹੋਈ ਸੀ, ਅੱਜ ਸਾਈਕਲਾਂ ਤੋਂ ਹੋਊਗੀ। ਲਓ ਜੀ, ਸਾਈਕਲਾਂ 'ਤੇ ਆਪਾਂ ਆਪਦੀ ਪਹਿਲੀ ਡੈਸਟੀਨੇਸ਼ਨ 'ਤੇ ਪਹੁੰਚ ਗਏ। ਹਾਊਸ ਦੀ ਜੋਸ਼ ਇਹ ਬਹੁਤ ਪੁਰਾਣਾ ਸ਼ਿਵਜੀ ਦਾ ਮੰਦਿਰ ਆ। ਆਉਂਦੇ ਹੋਏ ਪੂਰੇ ਜੋਸ਼ ਨਾਲ ਸਾਈਕਲ ਚਲਾ ਕੇ ਲਿਆਏ ਸੀ ਤੇ ਹੁਣ ਰੋੜ ਕੇ ਚੱਲੇ ਆ। ਬਾਕੀ ਤੁਸੀਂ ਭੰਗੜਾ ਵੀ ਦੇਖ ਲੈਣਾ, ਉਹਦੇ ਕਰਕੇ ਵੀ ਥਕਾਵਟ ਹੋ ਗਈ। ਆਹ ਚੀਜ਼ ਕਰਨੀ ਰਹਿ ਗਈ, ਟਾਈਮ ਹੀ ਬੜਾ ਲੇਟ ਹੋ ਗਿਆ, ਇੱਕਦਮ ਹੀ ਹਨੇਰਾ ਹੋ ਗਿਆ ਯਾਰ। ਸਾਈਕਲ ਨੇ ਡੇਢ ਦੋ ਘੰਟੇ ਖਰਾਬ ਕਰਤੇ ਸਾਨੂੰ। ਸਾਈਕਲ ਚਲਾਉਂਦਿਆਂ ਦੇਖ ਕੇ ਕਾਫੀ ਜਣਿਆਂ ਨੇ ਅਗਰ ਰੇਟ ਪੁੱਛਿਆ, ਮੈਂ ਤਾਂ ਇਹੀ ਕਹੂੰਗਾ ਕੀ ਲੋੜ ਆ ਪੰਗਾ ਲੈਣ ਦੀ। ਵੈਸੇ ਹੂੰ ਮੈਂ ਮੇਰੇ ਮਨ 'ਚ ਇਹੀ ਚੱਲ ਰਿਹਾ ਸੀ, ਮੈਂ ਕਹਿ ਦਿਆ ਉਹਨਾਂ ਨੂੰ। ਹਾਂ, ਵੈਸੇ ਹੂੰ ਇੱਕ ਘੰਟੇ ਦਾ 250 ਰੁਪਇਆ ਵਾ, ਜੇ ਅਸੀਂ ਬਾਰਗੇਨਿੰਗ ਕਰ ਸਕਦੇ ਹਾਂ ਤੁਹਾਡੀ ਸ਼ਰਧਾ। ਵੈਸੇ ਮੇਰੀ ਤਾਂ ਸਲਾਹ ਇਹੀ ਆ ਕਿ ਖਾਓ ਪੀਓ, ਐਸ਼ ਕਰੋ ਮਿੱਤਰੋ, ਦਿਲ ਭਰ ਕਿਸੇ ਦਾ ਦਿਖਾਇਓ ਨਾ। ਭਈਆ ਕੌਣ ਸੇ ਫੱਟੇ ਮੇਂ ਟੰਗ ਸਵਾ ਦੀ ਮਾਰੀ, ਬਸ ਹੋ ਗਈ, ਠੀਕ ਹੋ ਗਿਆ, ਸਾਡਾ ਦੁੱਧ ਵੀ ਬੁਰਾ ਹਾਲ ਹੋ ਗਿਆ। ਤੇ ਫਿਰ ਤਾਂ ਆਪਾਂ ਨੂੰ ਗਾਈਡ ਕਰ ਲੈਣਾ ਚਾਹੀਦਾ ਸੀ। ਚਲੋ ਕੋਈ ਨੀ, ਬਹੁਤ ਸੀਗਾ ਘੰਟਾ ਇੱਕ ਸਾਡੇ ਲਈ। ਨਹੀਂ ਬਟ ਸੀ ਆਪਾਂ ਨੂੰ ਉਹ ਸੀਗਾ ਵੀ ਆਪਾਂ ਚਲਾ ਕੇ ਦੇਖਣਾ, ਉਹ ਆਪਣਾ ਚਲਾਇਆ ਗਿਆ, ਸੋ ਹੋ ਗਿਆ ਆਪਣਾ। ਬਸ ਅਸੀਂ ਗਰਮੀ ਗਰਮੀ ਹੋ ਗਏ ਬਹੁਤ ਸਾਡੇ ਲਈ ਇਹੀ।
लाओ भाई बैक टू बेसिक्स सेल्फ मारो ठीक है सिंपल गल गड्डी स्टार्ट करो ते सिंपल जे आई क्लच तब के गियर पाओ आप ही चल दी है मैं थोनों एक गल दसनी भुल गया जो तुम उपर ना शिव मंदिर च मत्था टेकन गए थे ना उ घोड़े आले भी खड़े थे एक अंकल पहलगाम तो आया सीगा ते उन्हें घोड़े आले ने कहा भी आज थोनू घोड़े ते लै चली अंकल कहता मेरे सामने घोड़े का नाम अगले जन्म तक ना मत लेना घोड़े चलो अंकल पता क्या घोड़ा कभी नहीं चलो ठीक है चलते हैं इथे गुलमार्ग च इथे मेडिकल स्टोर आ माड़े होटल चाह नहीं अज तक उषा मैडम जी एंड पवन मैडम जी दो जने बुक करके थोनू व्याह के पता कौन लिया चलो चलिए गुलमार्ग पहले दिन लिया चढ़ाई चढ़ के गए उसे रात नूं भूतां आ गईआं सीगीआं अंग्रेजी पंजाबी च आपां इत्थे अग लाउणी आ धूणी सेकणी आ सिद्धी जी गल आ धूणी सेकणी आ जे उहनां ने चलाता जे ना चलाया फिर आपां रोटी खा के साइकल राइड की ना ओहदे पिछे इक रीजन आ जिहड़ा मैं तुहानूं सवेरे सरप्राइज दी गल कीती शायद उहदे नाल जुड़दा होवे यस ਇਹ ਤੁਸੀਂ ਹੁਣ ਸੋਚ ਸਕਦੇ ਹੋ ਤੇ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਵੀ ਅਸੀਂ ਕਿਉਂ ਕੀਤਾ ਵੀ ਕਿਉਂ ਅਸੀਂ ਆਪਦੇ ਸਰੀਰ ਨੂੰ ਦੁੱਖ ਦਿੱਤਾ ਅੱਜ ਲਓ ਵੀ ਬਾਈ ਹੁਣਾਂ ਨੇ ਆਪਣੀ ਸੁਣ ਲਈ ਕੀ ਹੈ ਨਾ ਇਹ ਨੀਚੇ ਗਾਹ ਜਲਦੀ ਹੈ ਨਾ ਹਾਂ ਲਓ ਵੀ ਜੇ ਤੇ ਥੱਲੇ ਉੱਤੇ ਰੱਖ ਸਕਦੇ ਲੋਵੀ ਪਾਰਟੀ ਇਜ਼ ਬਿਗਨ ਓ ਆ ਕਿੰਨਾ ਮਜ਼ਾ ਆ ਰਿਹਾ ਨਾ ਸੇਕ 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 ਬਸ ਅਭੀ ਇੱਕ ਹੀ ਚੀਜ਼ ਕੀ ਕਮੀ ਹੈ ਪਤਾ ਨਹੀਂ ਸਕਤਾ ਸ਼ਰ ਗਏ ਤੁਮਾਰੇ ਸਭ ਸਮਝ ਗਏ ਸਭ ਸਮਝ ਗਏ ਸਭੀ ਹੁਸ਼ਿਆਰ ਲੋਕ ਹੈ ਯਹਾਂ ਪੇ ਸਮਝਣ ਵਾਲੇ ਸਮਝ ਗਏ ਜਲਦੀ ਭੁੱਲ ਗਏ ਸਾਡੇ ਵਾਲੇ ਸਪੀਕਰ ਦੀ ਬੈਟਰੀ ਡਾਊਨ ਹੋ ਗਈ ਤੇ ਹੁਣ ਗੱਡੀ 'ਚ ਲਓ ਬਾਈ ਆਪਾਂ ਨੂੰ ਗੱਡੀ 'ਚ ਗਾਣੇ ਲਾ ਕੇ ਦਿਓ
ਕਿਉਂਕਿ ਬਾਈ ਦੀ ਆਪਾਂ ਸਵੇਰੇ ਹੈਲਪ ਕਰੀ ਸੀ ਹਾਂ ਹੁਣ ਉਹ ਸਾਡੀ ਹੈਲਪ ਹੁਣ ਕਰ ਰਹੇ ਯੈਸ ਹੈ ਗਰਮੀ ਆ ਗਈ ਹਨਾ ਹੋਰ ਬਈ ਇੰਜੋਏ ਹੋ ਰਿਹਾ ਪੂਰਾ ਜੀ ਪੂਰਾ ਅੱਜ ਪੂਰਾ ਲੱਗ ਰਿਹਾ ਵੀ ਅੱਜ ਕਿਸੇ ਟ੍ਰਿਪ ਤੇ ਆਏ ਹੋਏ ਆ ਅੱਜ ਆਪਾਂ ਵਰਕਆਊਟ ਹੀ ਚੱਲ ਰਿਹਾ ਸਵੇਰ ਸਵੇਰ ਦਾ ਉਹ ਵੀ ਰਿਲੈਕਸ ਵੀ ਕਰ ਲੈ ਹਾਂ ਫਿਰ ਸਾਈਕਲ ਫਿਰ ਨੱਚਣਾ ਗਾਉਣਾ ਚਲੋ ਫੁੱਲ ਬਾਡੀ ਵਰਕਆਊਟ ਹੋ ਰਿਹਾ ਅੱਜ ਅਸੀਂ ਪੂਰੇ ਰਿਲੈਕਸ ਕੋਈ ਨਾ ਕੱਲ ਨੂੰ ਫਿਰ ਇੰਜੋਏ ਤਾਂ ਬਣਦਾ ਹੀ ਆ ਜੇ ਟ੍ਰਿਪ ਤੇ ਆਏ ਨੱਚੇ ਇਹਨਾਂ ਦਾ ਫਿਰ ਕਾਹਦੇ ਟ੍ਰਿਪ ਤੇ ਯੈਸ ਹਾਂਜੀ ਬਹੁਤ ਬੜੀਆ ਲਓ ਜੀ ਬਹੁਤ ਨੱਚ ਟੱਪਲੇ ਹੁਣ ਰੋਟੀ ਖਾ ਲਈਏ ਹੁਣ ਪਾਰਟੀ ਇੱਥੇ ਸਮਾਪਤ ਰੋਟੀ ਦੇ ਵਿੱਚ ਹਮੇਸ਼ਾ ਹੀ ਤਰ੍ਹਾਂ ਫਿਰ ਉਹੀ ਸਮਾਨ ਆ ਬਸ ਅੱਜ ਕੱਲ ਕੀ ਸੀਗਾ ਉਰੇ ਕੱਲ ਬਟਰ ਪਨੀਰ ਮਸਾਲਾ ਸੀ ਅੱਜ ਕੜਾਈ ਪਨੀਰ ਬਾਕੀ ਸਾਰੀਆਂ ਆਈਟਮਾਂ ਸੇਮ ਸੁਖਾ ਵੀ ਇਨਗਰੀਡੀਐਂਟ ਵੀ ਸੇਮ ਬਸ ਉਹਦਾ ਨਾਮ ਬਦਲੇ ਤੇ ਬਸ ਥੋੜਾ ਸਲਾਦ ਕਾ ਲੱਦਾ ਸੀ ਅੱਜ ਫੁੱਲ ਚਲੋ ਹੁਣ ਖਾ ਕੇ ਉਦੋਂ ਬਾਅਦ ਚ ਦੇਖਦੇ ਹਾਂ ਲਓ ਜੀ ਹੁਣ ਆਪਾਂ ਆਹ ਵਲੌਗ ਕਰਦੇ ਹਾਂ ਇੱਥੇ ਐਂਡ ਗੁਲਮਾਰਗ 'ਚ ਹੋਰ ਵੀ ਬਹੁਤ ਚੀਜ਼ਾਂ ਨੇ ਘੁੰਮਣ ਵਾਲੀਆਂ ਜਿਵੇਂ ਇੱਥੇ ਇੱਕ ਲੇਕ ਵੀ ਹੈਗੀ ਆ ਇੱਕ ਆਪਣਾ ਗੋਲਫ ਕੋਰਸ ਕਲੱਬ ਵੀ ਹੈਗਾ ਵਾ ਇੱਕ ਪਾਰਕ ਵੀ ਹੈਗਾ ਹਾਂ ਤੇ ਜਿੱਥੇ ਆਪਾਂ ਸਾਈਕਲ ਲਿਆ ਸੀ ਉੱਥੋਂ ਆਪਾਂ ਟੈਂਟ ਲੈ ਕੇ ਕਿਤੇ ਟੈਂਟ ਲੈ ਕੇ ਵੀ ਰਹਿ ਸਕਦੇ ਹਾਂ ਇੰਨੀਆਂ ਵਧੀਆ ਵਧੀਆ ਘਾਵਾਂ 'ਤੇ ਅਤੇ ਬਾਕੀ ਹੁਣ ਸਾਡੇ ਕੋਲ ਟਾਈਮ ਹੋਰ ਨਹੀਂ ਹੈਗਾ ਕਿਉਂਕਿ ਆਪਾਂ ਇੱਦੋਂ ਗਾਹ ਨੂੰ ਜਾਣਾ ਵਾ ਅਤੇ ਜਦੋਂ ਗਾਹ ਵਾਲੀ ਵਾਰੀ ਆਏ ਹੁਣ ਆਪਾਂ ਇੱਕ ਗੰਡੋਲਾ ਪਤਾ ਕਿਉਂ ਛੱਡਿਆ ਵਾ ਵੀ ਇੱਕ ਜਿਹੜੀ ਟਿੰਬਲ ਟ੍ਰੇਲ ਨੂੰ ਜਗ੍ਹਾ ਜਾਂਦੀ ਆ ਉਹ ਆਪਾਂ ਵਿੰਟਰ 'ਚ ਜਾ ਕੇ ਕਰਨਾ ਕਿਉਂਕਿ ਵਿੰਟਰ 'ਚ ਜਾ ਕੇ ਜਦੋਂ ਆਪਾਂ ਉਹ ਜਿੱਥੇ ਤੱਕ ਘੋੜੇ ਜਾਂਦੇ ਨਾ ਘੋੜਿਆਂ 'ਤੇ ਵੀ ਉਹ ਗਾਂਹ ਤੱਕ ਜਾਂਦਾ ਵਾ ਅਤੇ ਆਪਾਂ ਤੱਕ ਜਾਂਦਾ ਹਾਂ ਉਹ ਆਪਾਂ ਫਿਰ ਜਦੋਂ ਵਿੰਟਰ 'ਚ ਪੂਰੀ ਬਰਫ਼ ਹੋਊਗੀ ਉਦੋਂ ਘੋੜੇ ਤਾਂ ਫਿਰ ਮੁਸ਼ਕਲ ਆ ਘੋੜੇ ਤਾਂ ਅਲਾਊਡ ਨਹੀਂ ਹੁੰਦੇ ਫਿਰ ਉਦੋਂ ਆਪਾਂ ਗੰਡੋਲਾ 'ਚ ਜਾਵਾਂਗੇ ਅਤੇ ਵੈਸੇ ਇਸ ਵਾਰ ਘੋੜੇ 'ਤੇ ਜਾਣ ਦਾ ਇੱਕ ਇਹ ਵੀ ਸੀਗਾ ਕਿ ਥੋੜ੍ਹੇ ਜਿਹੇ ਘੋੜੇ ਸਸਤੇ ਸੀ ਗੰਡੋਲਾ ਮਹਿੰਗਾ ਸੀ ਅਤੇ ਬਰਫ਼ ਬੁਰਫ਼ ਤਾਂ ਸਾਰੇ ਕਿਤੇ ਐਸੀ ਵੈਸੀ ਹੋਈ ਆ ਅਤੇ ਚਲੋ ਠੀਕ ਆ ਹੁਣ ਬਸ ਤੁਸੀਂ ਜੇ ਇੱਥੇ ਤੱਕ ਵੀਡੀਓ ਦੇਖ ਲਈ ਵੀਡੀਓ ਨੂੰ ਲਾਈਕ ਕਰ ਦਿਓ ਸੋਹਣਾ ਕਮੈਂਟ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਮਿਲਦੇ ਹਾਂ ਫਿਰ ਆਪਾਂ ਹੁਣ ਅਗਲੀ ਗੇਰੀ